ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਲੱਗਿਆਂ SGPC ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਜਿਹੜੇ ਕਾਲਜਿਸ ਨੇ ਉਹਨਾਂ ਦੇ ਵਿੱਚ ਨੌਨ ਟੀਚਿੰਗ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਸਿਚੁਏਸ਼ਨਸ ਜਿਹੜੀਆਂ ਨੇ ਪੋਸਟਾਂ ਜਿਹੜੀਆਂ ਨੇ ਉਹ ਵੈਕੈਂਟ ਨੇ ਉਹ ਜਿਨ੍ਹਾਂ ਦੇ ਵਿੱਚ ਅਕਾਊਂਟ ਕਲਰਕ ਕਲਰਕ ਆਫਿਸ ਆਫਿਸ ਅਸਿਸਟੈਂਟ ਸਟੈਨੋ ਟਾਈਪਿਸਟ ਰੇਡੀਓ ਸਟੇਸ਼ਨ ਅਸਿਸਟੈਂਟ ਇੰਚਾਰਜ ਪਲੰਬਰ ਸੇਵਾਦਾਰ ਸਫਾਈ ਸੇਵਾਦਾਰ ਇਹ ਕੁਝ ਮੁੱਖ ਪੋਸਟਾਂ ਨੇ ਜਿਹੜੀਆਂ ਅਸਾਮੀਆਂ ਨੇ ਇਹਦੇ ਵਿੱਚ SGPC ਦੇ ਵੱਖ ਵੱਖ ਕਾਲਜਿਸ ਅਤੇ ਸਕੂਲਾਂ ਦੇ ਵਿੱਚ ਨੇ ਜੀ ਇਹ SGPC ਦੇ ਅੰਡਰ ਜੋ ਆਉਂਦੇ ਨੇ ਬਹੁਤ ਵਧੀਆ ਪੋਸਟਾਂ ਨੇ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਸੋਹਣ ਬਰਨਾਲਾ ਦੇ ਉੱਤੇ ਅਤੇ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖੋ ਤਾਂ ਜੋ ਤੁਸੀਂ ਵੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕੋ ਅਤੇ ਤੁਹਾਨੂੰ ਸਾਰੀਆਂ ਪੋਸਟਾਂ ਦੇ ਬਾਰੇ ਜਿਹੜੀ ਪ੍ਰੋਪਰ ਜਾਣਕਾਰੀ ਹਾਸਿਲ ਹੋ ਜਾਵੇ। ਸੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਕੱਲੇ ਇਕੱਲੇ ਕਾਲਜਿਸ ਦੇ ਵਿੱਚ ਅਤੇ ਬਾਕੀ ਕਿਹੜੀਆਂ ਕਿਹੜੀਆਂ ਅਸਾਮੀਆਂ ਕਿਹੜੇ ਕਿਹੜੇ ਕਾਲਜ ਦੇ ਵਿੱਚ ਜਿਹੜੀਆਂ ਅਵੇਲੇਬਲ ਨੇ ਤੁਹਾਡੇ ਨਾਲ ਇੱਕ ਗੱਲ ਪਹਿਲਾਂ ਹੀ ਸਾਂਝੀ ਜਿਹੜੀ ਉਹ ਕਰਦੀ ਹੈ ਕਿ ਜਿਹੜੀਆਂ ਅਕਾਊਂਟ ਕਲਰਕ ਜਾਂ ਕਲਰਕ ਦੀਆਂ ਪੋਸਟਾਂ ਨੇ ਉਹ 20+ ਪੋਸਟਾਂ ਨੇ ਸਾਰੇ ਹੀ ਕਾਲਜ ਦੇ ਸਕੂਲਾਂ ਦੇ ਵਿੱਚ ਜਿਹੜੇ SGPC ਦੇ ਅਧੀਨ ਆਉਂਦੇ ਨੇ। ਅਤੇ ਪਹਿਲਾਂ ਤਾਂ ਅਸੀਂ ਨੋਨ ਟੀਚਿੰਗ ਅਸਾਮੀਆਂ ਦੇ ਲਈ ਜਿਹੜੀ ਯੋਗਤਾ ਹੈ ਜਿਹੜੀ ਕੁਆਲੀਫਿਕੇਸ਼ਨ ਹੈ ਉਹਦੇ ਰਿਗਾਰਡਿੰਗ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈ। ਅਕਾਊਂਟ ਕਲਰਕ ਦੇ ਲਈ ਜਿਹੜੀ ਕੁਆਲੀਫਿਕੇਸ਼ਨ ਹੈ ਉਹਦੇ ਵਿੱਚ ਘੱਟੋ ਘੱਟ 55% ਨੰਬਰਾਂ ਦੇ ਨਾਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਮਰਸ ਦੇ ਵਿੱਚ ਡਿਗਰੀ ਤੁਹਾਡੀ ਇਹੋ ਜਿਹੜੀ ਕੀਤੀ ਹੋਵੇ, BCOM ਵਗੈਰਾ ਕੀਤੀ ਹੋਵੇ ਅਤੇ ਕੰਪਿਊਟਰ ਚਲਾਉਣ ਦੀ ਜਾਣਕਾਰੀ ਹੋਵੇ, ਘੱਟੋ ਘੱਟ 1 ਸਾਲ ਦਾ ਤਜਰਬਾ ਹੋਵੇ ਅਤੇ ਕੰਪਿਊਟਰ ਰਾਹੀਂ ਖਾਤੇ ਬਣਾਉਣ ਵਾਲੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਜਿਹੜੀ ਹੈ ਇਹਦੇ ਵਿੱਚ ਤਰਜੀਹ ਜਿਹੜੀ ਹੈ ਉਹ ਦਿੱਤੀ ਜਾਊਗੀ। ਉਸ ਤੋਂ ਇਲਾਵਾ ਜਿਹੜੇ ਕਲਰਕ ਅਤੇ ਆਫਿਸ ਅਸਿਸਟੈਂਟ ਦੀ ਜਿਹੜੀ ਜ਼ਰੂਰਤ ਹੈ ਉਹਨਾਂ ਦੇ ਲਈ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਿਹੜੀ ਹੈ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਘੱਟੋ ਘੱਟ 55% ਨੰਬਰਾਂ ਦੇ ਨਾਲ, ਕੰਪਿਊਟਰ ਚਲਾਉਣ ਦੀ ਜਾਣਕਾਰੀ ਜਿਹੜੀ ਉਹ ਹੋਣੀ ਚਾਹੀਦੀ ਹੈ, ਇਹਦੇ ਲਈ ਵੀ 1 ਸਾਲ ਦਾ ਜਿਹੜਾ ਉਹ ਤਜਰਬਾ ਚਾਹੀਦਾ ਤੁਹਾਨੂੰ। ਸਟੈਨੋ ਦੇ ਲਈ ਗ੍ਰੈਜੂਏਸ਼ਨ, ਘੱਟੋ ਘੱਟ 55% ਨੰਬਰ, ਕੰਪਿਊਟਰ ਚਲਾਉਣ ਦੀ ਜਾਣਕਾਰੀ, ਅੰਗਰੇਜ਼ੀ ਪੰਜਾਬੀ ਸ਼ੋਰਟ ਹੈਂਡ ਦੀ 80 ਸ਼ਬਦ ਪ੍ਰਤੀ ਮਿੰਟ ਦੀ ਜਿਹੜੀ ਉਹ ਸਪੀਡ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ 30 ਤੋਂ 40 ਸ਼ਬਦ ਪ੍ਰਤੀ ਮਿੰਟ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਕੰਪਿਊਟਰ ਟਾਈਪਿੰਗ ਦੀ ਜਿਹੜੀ ਉਹ ਸਪੀਡ ਤੁਹਾਡੀ ਹੋਣੀ ਚਾਹੀਦੀ ਹੈ। ਟਾਈਪਿਸਟ ਦੇ ਤੌਰ ਦੇ ਉੱਤੇ ਜਿਹੜੇ ਕੈਂਡੀਡੇਟ ਅਪਲਾਈ ਕਰਨਗੇ ਉਹ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਦੇ ਲਈ ਘੱਟੋ ਘੱਟ 55% ਨੰਬਰ ਜਿਹੜੇ ਨੇ ਹੋਣੇ ਚਾਹੀਦੇ ਨੇ। ਉਸੇ ਤਰ੍ਹਾਂ ਕੰਪਿਊਟਰ ਚਲਾਉਣ ਦੀ ਜਾਣਕਾਰੀ 30 ਤੋਂ 40 ਸ਼ਬਦ ਪ੍ਰਤੀ ਮਿੰਟ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਕੰਪਿਊਟਰ ਟਾਈਪਿੰਗ ਕਰਨ ਦੀ ਜਿਹੜੀ ਉਹ ਸਪੀਡ ਜਿਹੜੀ ਉਹਨਾਂ ਦੀ ਹੋਣੀ ਚਾਹੀਦੀ ਹੈ। ਰੇਡੀਓ ਸਟੇਸ਼ਨ ਅਸਿਸਟੈਂਟ ਇੰਚਾਰਜ ਦੇ ਲਈ ਉਮੀਦਵਾਰ ਨੇ ਜਰਨਲਿਜ਼ਮ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਜਿਹੜੀ ਉਹ ਕੀਤੀ ਹੋਣੀ ਚਾਹੀਦੀ ਹੈ। ਪਲੰਬਰ ਉਮੀਦਵਾਰ ਨੇ ਜਿਹੜੇ ਉਹ ITI ਡਿਪਲੋਮਾ ਹੋਣੇ ਚਾਹੀਦੇ ਨੇ। ਸੇਵਾਦਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਉਹਨੇ ਕੀਤੀ ਹੋਵੇ ਅਤੇ ਸਫਾਈ ਸੇਵਕ ਦੇ ਲਈ ਪੰਜਾਬੀ ਪੜ੍ਹਨਾ ਲਿਖਣਾ ਜਿਹੜਾ ਕੈਂਡੀਡੇਟ ਨੂੰ ਉਹ ਆਉਂਦਾ ਹੋਵੇ। ਇਸ ਦੇ ਲਈ ਕੋਈ ਐਜੂਕੇਸ਼ਨ ਜਿਹੜੀ ਉਹ ਨਿਰਧਾਰਿਤ SGPC ਨੇ ਨਹੀਂ ਕੀਤੀ ਹੈਗੀ। ਅਤੇ ਹੁਣ ਆਪਾਂ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਕਾਲਜ ਦੇ ਵਿੱਚ ਇਹ ਪੋਸਟਾਂ ਜਿਹੜੀਆਂ ਨੇ। ਇਸ ਤੋਂ ਇਲਾਵਾ ਦੇਖੋ ਤੁਹਾਡੇ ਸਾਹਮਣੇ ਜਿਹੜੀ ਉਹ ਪੋਸਟਾਂ ਦੀ ਵੇਰਵਾ ਜਿਹੜਾ ਉਹ ਤੁਹਾਡੇ ਸਕਰੀਨ ਦੇ ਉੱਤੇ ਆ ਵੀ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹਾਦਰਗੜ੍ਹ ਦੇ ਵਿੱਚ ਜਿਹੜੀਆਂ ਪੋਸਟਾਂ ਜਿਹੜੀਆਂ ਨੇ ਉਹ ਤੁਹਾਨੂੰ ਚਾਹੀਦੀਆਂ ਨੇ। ਉਹਦੇ ਵਿੱਚ ਨੇ ਅਕਾਊਂਟ ਕਲਰਕ 1 ਪੋਸਟ ਆ, ਆਫਿਸ ਕਲਰਕ ਸਟੈਨੋ ਦੀ 1 ਪੋਸਟ ਆ, ਆਫਿਸ ਕਲਰਕ ਦੀਆਂ 2 ਪੋਸਟਾਂ ਨੇ ਜੀ ਇੱਥੇ, ਅਤੇ ਟਾਈਪਿਸਟ ਹੈ 2 ਪੋਸਟਾਂ, ਸੇਵਾਦਾਰ ਦੀਆਂ 2 ਪੋਸਟਾਂ, ਅਤੇ ਉਸ ਤੋਂ ਇਲਾਵਾ ਸਫਾਈ ਸੇਵਾਦਾਰ ਆ ਜਿਹੜੀਆਂ ਉਹਦੀਆਂ ਵੀ 2 ਪੋਸਟਾਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਧੀਨ ਚੱਲ ਰਹੇ ਕਾਲਜਾਂ ਵਿੱਚ ਭਰੀਆਂ ਜਾਣ ਵਾਲੀਆਂ ਨੋਨ ਟੀਚਿੰਗ ਦੀਆਂ ਅਸਾਮੀਆਂ ਜਿਹੜੀਆਂ ਨੇ ਤੁਹਾਡੇ ਹੇਠ ਲਿਖੀਆਂ ਦੇਖੋ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਆ ਵੀ ਰਹੀਆਂ ਨੇ। ਖਾਲਸਾ ਕਾਲਜ ਪਟਿਆਲੇ ਦੇ ਵਿੱਚ ਅਕਾਊਂਟ ਕਲਰਕ ਦੀ ਲੋੜ ਹੈ ਜੀ, ਇਹਦੇ ਵਿੱਚ 2 ਪੋਸਟਾਂ ਵੈਕੈਂਟ ਨੇ। ਉਸ ਤੋਂ ਇਲਾਵਾ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਵਿੱਚ ਇਹ ਪੋਸਟ 1 ਹੈਗੀ ਜੀ, ਰੇਡੀਓ ਸਟੇਸ਼ਨ ਅਸਿਸਟੈਂਟ ਇੰਚਾਰਜ ਦੀ। ਅੱਗੇ ਪੋਸਟ ਦੀ ਗੱਲ ਕਰੀਏ ਆਪਾਂ, ਗੁਰੂ ਨਾਨਕ ਕਾਲਜ ਬੁਢਲਾਡਾ ਮਾਨਸਾ 1 ਟਾਈਪਿਸਟ 1 ਪਲੰਬਰ, ਮੀਰੀ ਪੀਰੀ ਕਾਲਜ ਭਦੌੜ ਬਰਨਾਲਾ ਦੇ ਵਿੱਚ ਅਕਾਊਂਟ ਕਲਰਕ ਦੀ ਜਿਹੜੀ ਉਹ ਲੋੜ ਹੈ 1 ਪੋਸਟ ਹੈ। ਗੁਰੂ ਹਰਗੋਬਿੰਦ ਸਿੰਘ ਖਾਲਸਾ ਗਰਲਸ ਕਾਲਜ ਕਰਹਾਲੀ ਸਾਹਿਬ ਪਟਿਆਲਾ ਦੇ ਵਿੱਚ ਅਕਾਊਂਟ ਕਲਰਕ ਦੀ ਲੋੜ ਹੈ ਜੀ। ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫੋਰ ਗਰਲਸ
ਆਕੜ ਤੇ ਪਟਿਆਲਾ ਦੇ ਵਿੱਚ ਇੱਕੋ ਹੀ ਪੋਸਟ ਹੈ ਜੀ। ਉਸ ਤੋਂ ਇਲਾਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਾਈ ਭਗਤਾ ਭਾਈਕਾ ਬਠਿੰਡੇ ਦੇ ਵਿੱਚ ਇੱਕ ਪੋਸਟ ਹੈ ਜੀ ਅਕਾਊਂਟਸ ਕਲਰਕ ਦੀ। ਉਸ ਤੋਂ ਇਲਾਵਾ ਬਾਬਾ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਨੁਬੇਲੀ ਕਪੂਰਥਲਾ ਦੇ ਵਿੱਚ ਹੈ ਜੀ ਅਕਾਊਂਟਸ ਦੀ ਇੱਕ ਪੋਸਟ, ਅਕਾਊਂਟਸ ਕਲਰਕ ਦੀ ਇੱਕ ਪੋਸਟ ਹੈ ਜੀ। ਇਹਦੇ ਵਿੱਚ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਲਾ ਸਾਹਿਬ ਤਰਨ ਤਾਰਨ ਅਤੇ ਅਕਾਊਂਟ ਕਲਰਕ ਦੀ ਲੋੜ ਹੈ ਜੀ, ਇੱਕੋ ਹੀ ਪੋਸਟ ਹੈ ਉੱਥੇ ਵੀ। ਅਤੇ ਉਸ ਤੋਂ ਇਲਾਵਾ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ SBS ਨਗਰ ਅਕਾਊਂਟਸ ਦੀ ਅਕਾਊਂਟ ਕਲਰਕ ਦੀ ਲੋੜ ਹੈ ਅਤੇ ਆਫਿਸ ਕਲਰਕ ਦੀ ਲੋੜ ਹੈ। ਮਾਤਾ ਸੁੰਦਰੀ ਖਾਲਸਾ ਗਰਲਜ਼ ਕਾਲਜ ਨਿਸਿੰਘ ਕਰਨਾਲ ਦੇ ਵਿੱਚ ਇੱਕ ਪੋਸਟ ਹੈ ਜੀ, ਇਹ ਵੀ ਅਕਾਊਂਟਸ ਕਲਰਕ ਦੀ ਪੋਸਟ ਹੈ। ਅਤੇ ਉਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜੇ ਸਕੂਲ ਚੱਲ ਰਹੇ ਨੇ ਉਹਨਾਂ ਦੇ ਵਿੱਚ ਕੁਝ ਪੋਸਟਾਂ ਨੇ। ਆਹ ਦੇਖੋ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਜਿੰਦਵੜੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਪੋਸਟ ਹੈ ਜੀ ਅਕਾਊਂਟਸ ਕਲਰਕ ਦੀ। ਇਹ ਸਾਰੀਆਂ ਅਕਾਊਂਟਸ ਕਲਰਕ ਦੀਆਂ ਪੋਸਟਾਂ ਨੇ। ਮੈਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈ ਸਾਂਝੀ ਤੁਹਾਡੇ ਸਕਰੀਨ ਦੇ ਉੱਤੇ ਵੀ ਆ ਰਹੀ ਹੈ, ਮੈਂ ਤੁਹਾਨੂੰ ਪੜ੍ਹ ਕੇ ਵੀ ਜਿਹੜਾ ਉਹ ਦੱਸ ਦਿੰਦਾ। ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਣੂਕੇ ਜ਼ਿਲ੍ਹਾ ਲੁਧਿਆਣਾ ਇੱਕ ਪੋਸਟ, ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸਕੂਲ ਕੋਟ ਧਰਮੂ ਮਾਨਸਾ ਦੇ ਵਿੱਚ ਇੱਕ ਪੋਸਟ ਹੈ ਜੀ, ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਬੱਲੋ ਬਦਿਆਲਾ ਜ਼ਿਲ੍ਹਾ ਬਠਿੰਡੇ ਦੇ ਵਿੱਚ ਇੱਕ ਪੋਸਟ ਹੈ ਜੀ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੰਗਸਰ ਜੈਤੋਂ ਜ਼ਿਲ੍ਹਾ ਫਰੀਦਕੋਟ ਇੱਕ ਪੋਸਟ ਹੈ ਜੀ, ਮਾਤਾ ਗੁਜਰੀ ਪਬਲਿਕ ਸਕੂਲ ਥੇੜੀ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਅਕਾਊਂਟ ਕਲਰਕ ਦੀ ਇੱਕ ਪੋਸਟ ਹੈ ਜੀ। ਇਸ ਤੋਂ ਇਲਾਵਾ ਤੁਹਾਨੂੰ ਜਿਹੜੀ ਇਹਦੇ ਕਿਵੇਂ ਤੁਸੀਂ ਇਹਨਾਂ ਦੇ ਲਈ ਪੋਸਟਾਂ ਦੇ ਲਈ ਅਪਲਾਈ ਕਰਨਾ ਉਹਦੇ ਰਿਗਾਰਡਿੰਗ ਵੀ ਆਪਾਂ ਥੋੜ੍ਹੀ ਜਿਹੀ ਗੱਲ ਜਿਹੜੀ ਉਹ ਕਰ ਲਈਏ। ਅਤੇ ਇਹ ਜਿੰਨੀਆਂ ਵੀ ਪੋਸਟਾਂ ਇਹ ਨੋਨ ਟੀਚਿੰਗ ਦੀਆਂ ਚੱਲ ਰਹੀਆਂ ਜੀ, ਇਹਦੇ ਲਈ ਪਹਿਲੀ ਤਾਂ ਜਿਹੜੀ ਔਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ ਹੈ ਜਿਹੜੀ ਉਹ 13 ਅਗਸਤ 2018 ਰਾਤ ਨੂੰ 12 ਵਜੇ ਤੋਂ ਪਹਿਲਾਂ ਤੁਸੀਂ ਜਿਹੜਾ ਇਹ ਅਪਲਾਈ ਕਰ ਸਕਦੇ ਹੋ। ਜੇ ਕੋਈ ਜਾਣਕਾਰੀ ਤੁਸੀਂ ਹਾਸਿਲ ਕਰਨੀ ਹੈ ਤਾਂ ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ। ਬਾਕੀ ਸਕਰੀਨ ਦੇ ਉੱਤੇ ਤੁਹਾਡੇ ਜਿਹੜੇ ਨੰਬਰ ਵੀ ਉਹ ਦਿਖਾਈ ਦੇ ਰਹੇ ਨੇ, ਉਹਨਾਂ ਦੇ ਉੱਤੇ ਤੁਸੀਂ ਜਿਹੜਾ ਫੋਨ ਕਰਕੇ ਜਾਣਕਾਰੀ ਕੁਛ ਹਾਸਿਲ ਕਰ ਸਕਦੇ ਹੋ। ਉਸ ਤੋਂ ਇਲਾਵਾ ਜ਼ਰੂਰੀ ਹਦਾਇਤਾਂ ਜਿਹੜੀਆਂ ਨੇ ਇਹਦੇ ਲਈ, ਅਤੇ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੇ, ਵੈਬਸਾਈਟ ਦਾ ਜਿਹੜਾ ਐਡਰੈਸ ਹੈ ਉਹ ਤੁਹਾਡੇ ਸਾਹਮਣੇ ਹੈ, ਅਤੇ ਲਿੰਕ ਵੀ ਜਿਹੜਾ ਅਸੀਂ ਕੁਛ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹਦਾ ਲਿੰਕ ਜਿਹੜਾ ਉਹ ਦੇ ਦੇਵਾਂਗੇ, ਅਤੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡੇ ਲਿੰਕ ਜਿਹੜਾ ਇਹਦਾ ਮੌਜੂਦ ਹੋਊਗਾ। ਅਤੇ ਕੁਛ ਵੀ ਇਹਨਾਂ ਨੂੰ ਜਿਹੜਾ ਤੁਸੀਂ ਡਾਕ ਰਾਹੀਂ ਨਹੀਂ ਭੇਜਣਾ, ਕੁਛ ਕੋਈ ਵੀ ਪ੍ਰਿੰਟ ਹੈ ਜਿਹੜਾ ਉਹ ਡਾਕ ਰਾਹੀਂ ਨਹੀਂ ਭੇਜਣਾ, ਸਾਰੇ ਦੇ ਸਾਰੇ ਤੁਸੀਂ ਔਨਲਾਈਨ ਅਪਲਾਈ ਕਰਨਾ। ਉਸ ਤੋਂ ਬਾਅਦ ਜਦੋਂ ਇੰਟਰਵਿਊ ਦੇ ਲਈ ਤੁਹਾਨੂੰ ਬੁਲਾਇਆ ਜਾਊਗਾ ਤਾਂ ਔਨਲਾਈਨ ਦਾ ਪ੍ਰਿੰਟ ਜਿਹੜਾ ਆਪਣੇ ਫੋਰਮ ਦਾ ਜਿਹੜਾ ਤੁਸੀਂ ਔਨਲਾਈਨ ਭਰਿਆ ਉਹਦਾ ਪ੍ਰਿੰਟ ਜਿਹੜਾ ਉਹ ਇੰਟਰਵਿਊ ਦੇ ਵਿੱਚ ਤੁਸੀਂ ਲੈ ਕੇ ਆਉਣਾ। ਉਸ ਤੋਂ ਇਲਾਵਾ ਜੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਇਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਜਿਹੜਾ ਔਨਲਾਈਨ ਅਪਲਾਈ ਜਿਹੜਾ ਉਹ ਕਰ ਸਕਦੇ ਹੋ। ਇੱਕ ਤੋਂ ਵੱਧ ਸੰਸਥਾਵਾਂ ਦੇ ਲਈ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ। ਇਹਨਾਂ ਦੀ ਜਿਹੜੀ ਇੰਟਰਵਿਊ ਦੀ ਸਮਾਂ ਸਾਰਣੀ ਦੇ ਰਿਗਾਰਡਿੰਗ ਕੁਛ ਵੀ ਜਦੋਂ ਪਾਇਆ ਜਾਣਾ ਉਹ 16/8 ਤੋਂ ਬਾਅਦ ਜਿਹੜਾ ਉਹਦੇ 'ਤੇ ਪਾ ਦਿੱਤਾ ਜਾਊਗਾ। 16/8 ਨੂੰ ਹੀ ਤਕਰੀਬਨ ਕੋਸ਼ਿਸ਼ ਇਹਨਾਂ ਦੀ ਹੋਊਗੀ ਵੀ 16/8 ਨੂੰ ਹੀ ਪੈ ਜਾਵੇ, ਬਾਕੀ 16/8 ਨੂੰ ਜਾਂ ਉਸ ਤੋਂ 1-2 ਦਿਨ ਬਾਅਦ ਦੇ ਵਿੱਚ ਇਹ ਵੈਬਸਾਈਟ ਦੇ ਉੱਤੇ ਜਿਹੜੀਆਂ ਇਹਦੀ ਇੰਟਰਵਿਊ ਦੀ ਸਮਾਂ ਸਾਰਣੀ ਜਿਹੜੀ ਉਹ ਪਾ ਦਿੱਤੀ ਜਾਊਗੀ। ਅਤੇ ਉਸ ਤੋਂ ਬਾਅਦ ਇੰਟਰਵਿਊ ਵਾਲੇ ਦਿਨ ਉਮੀਦਵਾਰ ਜਾਂ ਜਿਹੜਾ ਉਹ ਆਪਣੇ ਸਰਟੀਫਿਕੇਟ ਨਾਲ ਲੈ ਕੇ ਉਹ ਤਜਰਬੇ ਦੇ ਸਰਟੀਫਿਕੇਟ ਨਾਲ ਲੈ ਕੇ ਆਊਗਾ। ਅਤੇ ਉਸ ਤੋਂ ਇਲਾਵਾ ਅਸਾਮੀਆਂ ਜਿਹੜੀਆਂ ਨੇ ਉਹ ਘੱਟ ਵੱਧ ਹੋ ਸਕਦੀਆਂ ਨੇ। ਇਹਨੂੰ ਔਨਲਾਈਨ ਅਪਲਾਈ ਕਰਨ ਦੇ ਲਈ ਤੁਸੀਂ ਜਿਹੜੀ ਦਿੱਤੀ ਹੋਈ ਵੈਬਸਾਈਟ ਹੈ ਉਹਦੇ ਉੱਤੇ ਇੱਕ ਲਿੰਕ ਬਣਿਆ ਹੋਇਆ ਔਨਲਾਈਨ ਅਪਲਾਈ ਕਰਨ ਦੇ ਲਈ, ਉਹਦੇ ਉੱਤੇ ਤੁਸੀਂ ਜਾ ਜਾਂਦੇ। ਉਹਦੀ ਇੱਕ ਤਸਵੀਰ ਵੀ ਤੁਹਾਡੇ ਸਾਹਮਣੇ ਆਹ ਅਸੀਂ ਦਿਖਾ ਰਹੇ ਹਾਂ। ਅਤੇ ਇਹਨਾਂ ਦੀ ਸਾਈਟ ਦੇ ਉੱਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਚੰਗੀਆਂ ਪੋਸਟਾਂ ਨੇ, ਅਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਦੇ ਨਾਲ ਇਹ ਪੋਸਟਾਂ ਜਿਹੜੀਆਂ ਨੇ ਇਹ ਸ਼ੇਅਰ ਕਰੋ ਤਾਂ ਜੋ ਉਹ SGPC ਦੀਆਂ ਇਹਨਾਂ ਪੋਸਟਾਂ ਦਾ ਲਾਹਾ ਲੈ ਸਕਣ। ਅਤੇ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰ ਦਿਓ, ਅਤੇ ਬਾਕੀ ਆਪਣੇ ਚੈਨਲ ਦੇ ਨਾਲ ਜੁੜੇ ਰਹੋ। ਇਸੇ ਤਰ੍ਹਾਂ ਦੀਆਂ ਵੀਡੀਓਜ਼ ਅਸੀਂ ਇਸ ਚੈਨਲ ਦੇ ਉੱਤੇ ਲੈ ਕੇ ਆਉਂਦੇ ਹਾਂ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਲੱਗਦਾ ਬੈਲ ਆਈਕੋਨ ਆ ਜਿਹੜੀ ਉਹ ਵੀ ਪ੍ਰੈਸ ਕਰ ਦਿਓ। ਠੀਕ ਹੈ ਦੋਸਤੋ, ਇਹ ਸੀਗੀਆਂ ਕੁਛ ਪੋਸਟਾਂ SGPC ਦੇ ਅਧੀਨ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਨੋਨ ਟੀਚਿੰਗ ਦੀਆਂ। ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ, ਨਵੀਆਂ ਪੋਸਟਾਂ ਦੇ ਰਿਗਾਰਡਿੰਗ ਤੁਹਾਡੇ ਨਾਲ ਗੱਲ ਕਰਾਂਗੇ। ਠੀਕ ਹੈ ਦੋਸਤੋ, ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਦਿਸ ਵੀਡੀਓ।